ਬਲਦ ਵਾਲਾ ਪਿਆਰਾ ਸਿੰਘ ਪਿਆਰਾ ਸਿੰਘ ਦਾ ਨਿਤਨੇਮ ਕੀ ਸੀ ਪਿਆਰਾ ਸਿੰਘ ਨਿਤਨੇਮ ਅਨੁਸਾਰ ਸਵੇਰੇ 4 ਵਜੇ ਉੱਠ ਕੇ ਪਸ਼ੂਆਂ ਨੂੰ ਪੱਠੇ ਪਾਉਂਦਾ ਇਸ਼ਨਾਨ ਕਰਦਾ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰਦਾ ਤੇ ਆਪਣੀ ਘਰਵਾਲੀ ਨੂੰ ਲੱਸੀ ਲਿਆਉਣ ਲਈ ਆਵਾਜ਼ ਦਿੰਦਾ ਪਿਆਰਾ ਸਿੰਘ ਹਰ ਰੋਜ਼ ਸਬਖਤ ਸਬਖਤੇ ਖੇਤ ਵਿਚ ਜਾ ਕੇ ਕੀ ਕਰਦਾ ਸੀ ਪਿਆਰਾ ਸਿੰਘ ਹਰ ਰੋਜ਼ ਸਬਖਤੇ ਖੇਤ ਵਿਚ ਜਾ ਕੇ ਰਾਤ ਦੀ ਬਣਾਈ ਸਕੀਮ ਅਨੁਸਾਰ ਆਪਣਾ ਕੰਮ ਵਿਢ ਲੈਂਦਾ ਪਿਆਰਾ ਸਿੰਘ ਨੇ ਕਿਹੜੇ ਕਿਹੜੇ ਢੰਗ ਤਰੀਕੇ ਅਪਣਾ ਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ ਪਿਆਰਾ ਸਿੰਘ ਨੇ ਕਿਹੜੇ ਕਿਹੜੇ ਤੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਦੀਦਾਰ ਸਿੰਘ ਤੋਂ ਸਿੱਖੇ ਸਨ ਹਰ ਰੋਜ਼ ਸਭ ਖਤੇ ਖੇਤਾ ਵਿੱਚ ਜਾਣਾ ਵਟ ਬੰਨੇ ਤੇ ਗੇੜਾ ਮਾਰਨਾ ਰੁੱਖ ਬੂਟੇ ਤੇ ਫਸਲ ਦਾ ਧਿਆਨ ਰੱਖਣਾ ਆਦ ਖੇਤੀ ਦੇ ਤੰਗ ਤਰੀਕੇ ਉਸ ਨੇ ਆਪਣੇ ਬਾਪੂ ਤੋਂ ਸਿੱਖੇ ਸਨ ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ ਦੱਸੋ ਕਿਵੇਂ ਪਿਆਰਾ ਸਿੰਘ ਦਾ ਇੱਕ ਪੁੱਤਰ ਤੇ ਇੱਕ ਧੀ ਸੀ ਘਰ ਵਿੱਚ ਦੋ ਮੱਜਾਂ ਇੱਕ ਗਾਂ ਤੇ ਨਗੋਰੀ ਬਲਦਾਂ ਦੀ ਜੋੜੀ ਸੀ ਜਿਸ ਕਰਕੇ ਉਸ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ ਤੂੰ ਵੀ ਖੇਤਾਂ ਵਿੱਚ ਫਾਰਮੀ ਖਾਦ ਪਾ ਨਵੇਂ ਬੀਜ ਪਾ ਆਪਾਂ ਵੀ ਟਰੈਕਟਰ ਵਾਲੇ ਬਣਿਏ ਧਨਕੌਰ ਵੱਲੋਂ ਦਿੱਤੀ ਸਲਾਹ ਪਿਆਰਾ ਸਿੰਘ ਕਿਉਂ ਨਹੀਂ ਸੀ ਮੰਨਣੀ ਚਾਹੁੰਦਾ ਉਹ ਧਨਕੌਰ ਦੀ ਸਲਾਹ ਇਸ ਲਈ ਨਹੀਂ ਸੀ ਮੰਨਣੀ ਚਾਹੁੰਦਾ ਕਿਉਂਕਿ ਉਹ ਸਾਦਾ ਜੀਵਨ ਜਿਉਣ ਵਿੱਚ ਵਿਸ਼ਵਾਸ ਰੱਖਦਾ ਸੀ ਉਹ ਕਿਸੇ ਦੀ ਰੀਸ ਵਿੱਚ ਅੜੀਆਂ ਚੁੱਕ ਕੇ ਫਾਹ ਨਹੀਂ ਲੈਣਾ ਚਾਹੁੰਦਾ ਸੀ ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ ਦਾ ਵਿਆਹ ਕਿਹੋ ਜਿਹਾ ਕਰਨਾ ਚਾਹੁੰਦਾ ਸੀ ਪਿਆਰਾ ਸਿੰਘ ਆਪਣੀ ਧੀ ਦਾ ਵਿਆਹ ਸਿੱਧਾ ਸਾਦਾ ਕਰਨਾ ਪਿਆਰਾ ਸਿੰਘ ਆਪਣੀ ਧੀ ਦਾ ਵਿਆਹ ਸਿੱਧਾ ਸਾਦਾ ਕਰਨਾ ਚਾਹੁੰਦਾ ਸੀ ਉਹ ਆਪਣੇ ਮੁੰਡੇ ਦੇ ਵਿਆਹ ਤੇ ਵੀ ਕੁਝ ਵੀ ਨਹੀਂ ਲੈਣਾ ਚਾਹੁੰਦਾ ਸੀ ਪਿੰਡ ਦੇ ਲੋਕ ਪਿਆਰਾ ਸਿੰਘ ਦੇ ਖੇਤ ਦੀ ਫਸਲ ਅਤੇ ਸਮਝੀਆਂ ਕਿਉਂ ਖਰੀਦਦੇ ਸਨ ਵਿੰਦੇ ਦੇ ਲੋਕ ਉਸਦੀ ਫਸਲ ਅਤੇ ਸਬਜ਼ੀਆਂ ਇਸ ਕਰਕੇ ਖਰੀਦੇ ਸਨ ਕਿਉਂਕਿ ਉਹ ਖੇਤ ਵਿੱਚ ਦੇਸੀ ਖਾਦ ਦੀ ਵਰਤੋਂ ਕਰਦਾ ਸੀ ਅਤੇ ਕੋਈ ਦਵਾਈ ਨਹੀਂ ਛਿੜਕਦਾ ਸੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਬਾਰੇ ਪਿਆਰਾ ਸਿੰਘ ਦੇ ਕੀ ਵਿਚਾਰ ਸਨ ਪਿਆਰਾ ਸਿੰਘ ਦਾ ਵਿਚਾਰ ਸੀ ਕਿ ਜੇਕਰ ਰੁੱਖ ਬੂਟੇ ਲਾ ਕੇ ਕਿਸਾਨ ertid ਨੂੰ ਹਰਾ ਭਰਾ ਰੱਖਣ ਤਾਂ ਪਾਣੀ ਦੀ ਥੋੜ ਆਪਣੇ ਆਪ ਪੂਰੀ ਹੋ ਜਾਵੇਗੀ ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਕੀ ਸੁਨੇਹਾ ਲਿਆਇਆ ਸੀ ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਸੁਨੇਹਾ ਲੈ ਕੇ ਆਇਆ ਸੀ ਕਿ ਖੇਤੀਬਾੜੀ ਵਿਭਾਗ ਦੇ ਬੰਦਿਆਂ ਨੇ ਕਿਸਾਨਾਂ ਨਾਲ ਕੁਦਰਤੀ ਖੇਤੀ ਬਾਰੇ ਗੱਲਾਂ ਕਰਨ ਆਉਣਾ ਹੈ ਇਸ ਲਈ ਉਹ 10 ਵਜੇ ਪੰਚਾਇਤ ਘਰ ਪਹੁੰਚ ਜਾਵੇ ਓਕੇ ਸ਼ਬਦਾਂ ਦੇ ਅਰਥ ਚਲਾਣੀ ਮਿੱਟੀ ਆਦ ਦੀ ਬਣੀ ਹੋਈ ਨਵੀਂ ਛੱਤ ਵਾਲੀ ਰਸੋਈ ਨਿਤਨੇਮ ਹਰ ਰੋਜ਼ ਕਰਨ ਵਾਲਾ ਕੰਮ ਮਸ਼ਹੂਰ ਪ੍ਰਸਿੱਧ ਵਿਢ ਲੈਣਾ ਸ਼ੁਰੂ ਕਰਨਾ ਨਵੇਂ ਨਿਰੋਏ ਤਕੜੇ ਤੰਦਰੁਸਤ ਚੰਗੇ ਭਲੇ ਨਿਆਈਆਂ ਪਿੰਡ ਦੇ ਨੇੜੇ ਦੀ ਜ਼ਮੀਨ ਹਾਜ਼ਰੀ ਸਵੇਰ ਵੇਲੇ ਦੀ ਰੋਟੀ ਖਤੀ ਛੋਟਾ ਖੇਤ ਨੈਣ ਪ੍ਰਾਣ ਸਰੀਰ ਦੇ ਅੰਗ ਜਾਂ ਜਿੰਦ ਜਾਨ ਨਦੀਨ ਖੇਤਾਂ ਵਿੱਚ ਉੱਗੇ ਵਾਧੂ ਓਦੇ ਹੇਠ ਲਿਖੇ ਸ਼ਬਦਾਂ ਵਕਾਂਸ਼ਾ ਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ ਟੁਣਕ ਟੁਣਕ ਟਣ ਟਣ ਦੀ ਆਵਾਜ਼ ਬਲਦਾਂ ਦੇ ਗੱਲ ਪਾਈਆਂ ਟਲੀਆਂ ਟੁਣਕ ਟੁਣਕ ਕਰ ਰਹੀਆਂ ਸਨ ਦਬ ਕੇ ਵਾਹ ਦਬ ਕੇ ਵਾਤੇ ਰਜ ਕੇ ਖਾ ਸਖਤ ਮਿਹਨਤ ਕਰਨਾ ਤੇ ਖੁੱਲ੍ਹਾ ਖਾਣਾ ਪਿਆਰਾ ਸਿੰਘ ਦਬ ਕੇ ਵਾਤੇ ਰਜ ਕੇ ਖਾ ਵਾਲੀ ਦੀ ਖੇਤੀ ਵਿੱਚ ਯਕੀਨ ਕਰਦਾ ਸੀ ਅਡੀਆਂ ਚੁੱਕ ਕੇ ਫਹਾ ਲੈਣਾ ਆਮਦਨੀ ਤੋਂ ਵੱਧ ਖਰਚ ਕਰਨਾ ਕਿਸੇ ਨੂੰ ਦੇਖ ਅਡੀਆਂ ਚੁੱਕ ਕੇ ਫਹਾ ਲੈਣ ਵਾਲੇ ਨੂੰ ਬਾਦ ਵਿੱਚ ਪਛਤਾਉਣਾ ਪੈਂਦਾ ਹੈ ਤੂੰ ਦਾ ਪੱਕਾ ਹੁਣ ਪੱਕੇ ਇਰਾਦੇ ਵਾਲਾ ਤੂੰ ਦੇ ਪੱਕੇ ਲੋਕ ਹੀ ਮੰਜ਼ਲ ਤੇ ਮੰਜ਼ਲ ਤੇ ਪੁੱਜਦੇ ਹਨ ਤਾਰੀਫ ਕਰਨਾ ਸਿਫਤ ਜਾਂ ਸ਼ਲਾਗ ਸਿਆਣੀ ਹੋਣ ਕਰਕੇ ਹਰ ਕੋਈ ਜੈਸਮੀਨ ਦੀ ਤਾਰੀਫ਼ ਕਰਦਾ ਹੈ ਸਭ ਖਤੇ ਤੜਕੇ ਜਾਂ ਸਵੇਰੇ ਪਿਆਰਾ ਸਿੰਘ ਹਰ ਰੋਜ਼ ਸਭ ਖਤੇ ਸਭ ਖਤੇ ਉੱਠਦਾ ਹੈ ਤਰਤੀ ਤੋ ਗਿਠ ਉੱਚਾ ਹੋ ਗਿਆ ਖੁਸ਼ੀ ਵਿੱਚ ਫੁੱਲੇ ਨਾ ਸਮਾਉਣਾ ਆਪਣੇ ਪੇਪਰਾਂ ਦਾ ਚੰਗਾ ਨਤੀਜਾ ਦੇਖ ਕੇ ਅਰਮਾਨ ਤਰਤੀ ਤੋ ਗਿਠ ਉੱਚਾ ਹੋ ਗਿਆ